ਜੋ ਜੋ ਵੀ ਲਟਰਮ ਪਟਰਮ ਕਰ ਜਾ ਕੇ ਕਿੱਦਾਂ ਕਿੱਦਾਂ ਸਿਸਟਮ ਕਰ ਆਲ ਗੁੱਡ ਕੱਲ ਵੀ ਕਰੀ ਸਾਡੇ ਨੂੰ ਪਤਾ ਵੀ ਨਹੀਂ ਪਾਉਣਾ ਜਿੰਨੀਆਂ ਪਾਕਿਸਤਾਨੀਆਂ ਦੇ ਹਾਂਜੀ ਬਾਬੇ ਗੇਲ ਚਲੋ ਵੀ ਸਾਰੇ ਵਧੀਆ ਹੋਗੇ ਹਾਇਰ ਨਾ ਬਲੌਗ ਲੈ ਕੇ ਤੇ ਅੱਜ ਦੇ ਬਲੌਗ ਚ ਆਪਾਂ ਟਰਾਲਾ ਘਰੇ ਲੈ ਕੇ ਚੱਲੇ ਆ ਜਿਹੜਾ ਇੰਨੇ ਟਾਈਮ ਤੋਂ ਬਣਾ ਦਿੱਤਾ ਸੀਗਾ 24 ਫੁੱਟ ਤੇ ਆਪਾਂ 56-20 ਲੈ ਕੇ ਆਏ ਸੀਗੇ ਤੇ ਤੁਹਾਡਾ ਚੱਲ ਕੇ ਤਾਂ ਠੀਕ ਠਾਕ ਹੋ ਮੇਰੀ ਸ਼ਕਲ ਤੇ ਨਾ ਜਾਇਓ ਕਿਉਂਕਿ ਪਸੀਨੇ 'ਚ ਸ਼ਕਲ ਵਿਗੜੀ ਹੋਈ ਆ ਤੇ ਸਾਰੇ ਪਾਸੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹੁਣ ਬਲੌਗ ਬਹੁਤ ਘਾਤਕ ਆਉਣ ਵਾਲੇ ਆ ਤੇ ਬਾਕੀ ਹੁਣ ਇਹਨੂੰ ਲੈ ਕੇ ਚੱਲੇ ਘਰ ਨੂੰ ਘਰ ਜਾਂਦੇ ਜਾਂਦੇ ਕੀ ਕਰਦੇ ਸਾਰਾ ਦਿਖਾਉਂਦੇ ਹਾਂ ਇੱਕ ਦੋ ਕੰਮ ਇਹਨਾਂ ਕਰਨੇ ਆ ਬਾਕੀ ਹੋ ਗਏ ਆ ਜੋ ਜੋ ਹੋਇਆ ਆ ਉਹ ਪਿਛਲੇ ਵਲੌਗ 'ਚ ਤੁਸੀਂ ਦੇਖ ਲਿਓ ਕਿਉਂਕਿ ਉਹ 'ਚ ਸਾਰਾ ਕੁਝ ਦੱਸਿਆ ਆ ਅਤੇ ਹਾਲੇ ਮੈਂ ਟਰੈਕਟਰ 'ਤੇ ਹਾਂ ਤਾਂ ਕਰਕੇ ਥੋੜ੍ਹਾ ਜ਼ੋਰ ਨਾਲ ਬੋਲਣਾ ਪੈ ਰਿਹਾ ਸਹੀ ਤਰ੍ਹਾਂ ਬੋਲ ਨਹੀਂ ਹੋ ਰਿਹਾ ਅਤੇ ਰਾਹ 'ਚ ਕੀ ਕਰਦੇ ਕੀ ਨਹੀਂ ਕਰਦੇ ਤੁਹਾਨੂੰ ਜਾਂਦੇ ਹੋਏ ਦਿਖਾਵਾਂਗੇ ਹੁਣ ਫਿਲਹਾਲ ਰੋਡ 'ਤੇ ਚੜ੍ਹੀਏ ਅਤੇ ਬਾਪੂ ਹੋਣੀ ਸਕਾਰਪੀਓ 'ਚ ਆਏ ਸੀਗੇ ਮਤਲਬ ਅਸੀਂ ਸਾਰੇ ਸਕਾਰਪੀਓ ਕਾਲੀ 'ਚ ਆਏ ਸੀਗੇ ਅਤੇ ਉਹ ਹੁਣ ਬਾਪੂ ਅਤੇ ਤਾਇਆ ਦੋਨਾਂ ਨੇ ਚੱਲ ਜਾਣਾ ਗੱਡੀ 'ਚ ਅਤੇ ਮੈਂ ਗੋਪਾ ਸਿਮਰਜੀਤ ਅਸੀਂ ਟਰੈਕਟਰ 'ਤੇ ਯਾਰ ਲਵਾ ਦੇਣਾ ਲੋੜ ਹੀ ਨਹੀਂ ਯਾਰ ਆਪਾਂ ਕੀ ਕਰਨਾ ਇੰਨੇ ਸਟਿੱਕਰ ਲਵਾ ਗਏ ਆ ਸਟਿੱਕਰ ਹੀ ਸਟਿੱਕਰ ਹੋ ਜਾਣੇ ਸੀ ਵੇ ਯਾਰ ਪਿੱਛੇ ਉਹਨੇ ਦਿਖਾਇਆ ਸੀ ਡਾਲਾ ਮੈਂ ਪੂਰਾ ਡਾਲਾ ਇਹ ਨਹੀਂ ਲੱਗਣਾ ਸੀ ਡਾਲਾ ਆ ਉਹ ਲੱਗਣਾ ਸਟਿੱਕਰ ਹੀ ਸਟਿੱਕਰ ਆ ਰੇਡੀਓ ਦੀ ਦੁਕਾਨ ਆਹੋ ਬਾਈ ਆਪਾਂ ਆ ਗਿਆ ਹਵਾ ਭਰਾਉਣ ਕਪੂਰਥਲੇ ਉਹ ਦੁਕਾਨ 'ਤੇ 150-150 ਪੌਂਡ ਕਰਾਉਣੀ ਆ ਆਪਾਂ ਹਵਾ ਕੱਪ ਆ ਉੱਦਾਂ ਹੀ ਖੁੱਲ੍ਹ ਜਾਣਾ ਮੋਹਰੇ ਉਹ ਘੁੰਮਾ ਲਾ ਏਦਾਂ ਘੁੰਮਾ ਲਾ ਆਹ ਖੋਲ੍ਹਦੀ ਹੈ ਤਾਂ ਕਿ ਹਵਾ ਭਰੀ ਜਾਵੇ ਟਰੈਕਟਰ ਆ ਗਿਆ ਰੋਡ 'ਤੇ ਅਤੇ ਕੱਪ ਆ ਗਿਆ ਮੇਰੇ ਹੱਥ 'ਚ ਇਹਨੂੰ ਰੱਖੀਏ ਇੱਥੇ ਪਹਿਲਾਂ ਹਵਾ ਭਰਾ ਲਈਏ ਉਹ ਪਿਛਲੀਆਂ ਵੀ ਜਾਗਦੀਆਂ ਪਈਆਂ ਡਾਇਰੈਕਟ ਕੀਤਾ ਕੋਈ ਨਹੀਂ ਲਾ ਦਾਂਗੇ ਘਰੇ ਜਾ ਕੇ ਕੀ ਰਿਪੋਰਟ ਆ ਟਰਾਲੀ ਦੀ ਡੱਪਰ ਜਾਗਦੇ ਕਿਵੇਂ ਲੱਗੀ ਝੋਟੇ ਨਾਲ ਟਰਾਲੀ ਸਾਈ ਫੁੱਟੀ ਕੀ ਰਿਵਿਊ ਆ ਦਿਓ ਯਾਰਾ ਕਮੈਂਟਾਂ 'ਚ ਬਾਬਾ ਜੀ ਇੱਥੋਂ ਹਵਾ ਵਾਲਾ ਕੰਮ ਹੋ ਗਿਆ ਰੋਂਗ ਇੱਥੋਂ ਹਾਲੇ ਬਿਜ਼ੀ ਆ ਅਤੇ ਆਪਾਂ ਫੇਰ ਭਰਾ ਲਾਂਗੇ ਹਵਾ ਅਤੇ ਡਰਾਮੇ ਥੋੜ੍ਹੇ ਜ਼ਿਆਦਾ ਹੀ ਕਰ ਰਹੇ ਸੀ ਸੋਰੀ ਆ ਇਹਨਾਂ ਦਾ ਮੁੰਡਾ ਉੱਦਾਂ ਮੇਰਾ ਨੂੰ ਜਾਣਦਾ ਵੀਰੇ ਸੋਰੀ ਆ ਬਾਪੂ ਤਾਂ ਇਹਨੇ ਹਵਾ ਨਹੀਂ ਭਰੀ ਯਾਰ ਠੀਕ ਆ ਬਥੇਰਾ ਗਿਆ ਭਰਾਵਾ ਮੈਂ ਕਿਹਾ ਨਵੀਂ ਲਿਆਉਂਦੀ ਆ ਭਰ ਦੇ ਭਰੀ ਨਹੀਂ ਬਾਪੂ ਤੇਰੇ ਨੇ ਹਵਾ ਨਹੀਂ ਭਰੀ ਚਲੋ ਚੱਲਦੀ ਹੈ ਕਹਿੰਦਾ ਹਵਾ ਘੱਟ ਆ ਚੱਲ ਚੱਲੀ ਪਿਆ ਪਿਆ ਪਾਉਣ ਡਿਆ ਤੇ ਟਾਈਮ ਜ਼ਿਆਦਾ ਲੱਗਣਾ ਫਿਰ ਐਨ ਦੇ ਭਰਾਵਾ ਤੂੰ ਕਹਿ ਜਿੰਦੇ ਲੈ ਆਉਣ ਤੂੰ ਆਹ ਉਹ ਸਕਾਰਪੀਓ 'ਚ ਬਾਪੂ ਨਹੀਂ ਖੜ੍ਹੇ ਆ ਕੰਡਾ ਕਰਾਉਣ ਲਈ ਇੱਥੋਂ ਹੋਣਾ ਆ ਸਿੱਧੀ ਲੈ ਕੇ ਲੱਗੇ ਨਹੀਂ ਨਹੀਂ ਬੈਗ ਹੀ ਲੈ ਕੇ ਜਾਂਦੇ ਹਾਂ ਮੂਹਰੇ ਜਗ੍ਹਾ ਘੱਟ ਆ
ਕਰੀਏ ਹੁਣ ਕਿੱਦਾਂ ਘਰੇ ਉਹ ਬਾਪੂ ਨਹੀਂ ਚੱਲੇ ਆ 4795 ਦਾ ਕਿੰਨਾ ਬਣਿਆ 45 ਕੁਇੰਟਲ 96 ਕਿਲੋ ਦਾ ਬਾਬਾ ਜੀ ਇਕੱਲਾ ਟਰਾਲਾ ਹੀ ਆ ਹਾਂਜੀ ਚਲੋ ਜੀ ਆਪਾਂ ਰੁਕੇਗਾ ਤੂੰ ਮੈਂ ਉਹ ਪਿੱਛੇ ਲਾਤੀ ਨਾਲ ਤੇ ਬਾਬਾ ਜੀ ਅੰਦਰ ਖੜੀ ਕਰਨ ਦਾ ਮਕਸਦ ਇਹ ਆ ਕਿ ਰੰਗ ਹੱਲੇ ਨਵਾਂ ਨਹੀਂ ਤਾਂ ਜਿਹੜੀਆਂ ਬਾਕੀ ਬਾਹਰ ਹੀ ਖੜੀਆਂ ਸਾਰੀਆਂ ਪਿਆਰ ਸਾਡਾ ਹੁੰਦਾ ਸਿਰਫ 2-3 ਦਾ ਨਵੀਂ ਚੀਜ਼ ਨਾਲ ਕਿਉਂਕਿ ਉਹ ਤੋਂ ਬਾਅਦ ਪੁਰਾਣੀ ਹੋ ਜਾਂਦੀ ਹੁੰਦੀ ਆ ਜਿੱਦਾਂ ਹੀ ਰੰਗ ਸੁੱਕ ਗਿਆ ਇੰਨੇ ਵੀ ਬਾਅਦ 'ਚ ਉੱਥੇ ਹੀ ਖੜੀਆਂ ਹੋਣੇ ਆ ਜਿੱਥੇ ਆਪਣੀਆਂ ਬਾਕੀ ਖੜੀਆਂ ਅਤੇ ਹੁਣ ਜਿੰਨੀਆਂ ਆਪਣੀਆਂ ਬਾਕੀ ਟਰਾਲੀਆਂ ਉਹਨਾਂ ਸਾਰੀਆਂ ਦਾ ਵੀ ਰੰਗ ਬਿਲਕੁਲ ਇੱਦਾਂ ਦਾ ਹੋਣਾ ਸੋ ਮਾਰਕਾ ਆਪਣਾ ਸੈਟਲ ਡਾਊਨ ਹੋ ਗਿਆ ਇਹਨੂੰ ਅੰਦਰ ਲਾਤਾ ਹਵਾ ਹੁਣ ਸਵੇਰੇ ਭਰਾਵਾਂਗੇ ਸੋ ਜੋ ਜੋ ਵੀ ਕੱਲੂ ਹੋਊਗਾ ਕੱਲੂ ਦੇਖਾਂਗੇ ਬਾਕੀ ਚੈੱਕ ਕਰੋ ਸਪੈਸ਼ਲ ਮੈਂ ਬਾਰ ਲਾਈਟ 'ਚ ਗਈ ਮੈਂ ਕਿਹਾ ਤੁਹਾਨੂੰ ਮਾੜੀ ਇੰਟਰੋਡਕਸ਼ਨ ਦੇ ਦਈਏ ਹਵਾ ਭਰਾ ਨਹੀਂ ਹੋਈ ਵੇਟ ਆ ਗਿਆ ਖਰੇ 45 ਕੁਇੰਟਲ ਪਲੱਸ ਹੈ ਨਾ ਅਤੇ ਬਾਕੀ ਹੋਰ ਤਾਂ ਸਭ ਓਕੇ ਆ ਟਰਾਲਾ ਸਾਰਿਆਂ ਨੂੰ ਪਸੰਦ ਆ ਗਿਆ ਜੈਨੂਅਨ ਜਿਹਾ ਹੋ ਗਿਆ ਅਤੇ ਅੰਦਰ ਹੁਣ ਇਹਨੂੰ 4 ਕੁ ਦਿਨ ਅੰਦਰ ਰੱਖਾਂਗੇ ਬਾਅਦ 'ਚ ਜਿੱਥੇ ਬਾਕੀ ਦੇ ਬਾਹਰ ਖੜ੍ਹੇ ਉਸੇ ਹੀ ਲਾਈਨ ਅਪ 'ਚ ਇਹ ਖੜ੍ਹਾ ਹੋਇਆ ਕਰਨਾ ਕੁਛ ਸਪੈਸ਼ਲ ਨਹੀਂ ਸਾਡੇ ਕੋਈ ਪਿਆਰ ਨਹੀਂ ਕੋਈ ਕੁਛ ਨਹੀਂ ਸਿਰਫ ਕੰਮ ਤੱਕ ਦਾ ਮਤਲਬ ਆ ਕੰਮ ਲੈਣਾ ਆ ਹੋਰ ਕੋਈ ਗੱਲ ਨਹੀਂ ਆ ਕੰਮ ਲੈ ਕੇ ਦੈਟਸ ਇਟ ਉਹਨਾਂ ਨੂੰ ਸਾਂਭ ਲੈਣਾ ਆ ਫਿਰ ਜਦੋਂ ਸੀਜ਼ਨ ਆ ਗਿਆ ਫਿਰ ਕੰਮ ਲੈਣਾ ਫਿਰ ਸਾਂਭ ਲੈਣਾ ਬਸ ਇੰਨਾ ਹੀ ਕੰਮ ਚੱਲਦਾ ਅਤੇ ਬਾਕੀ ਹੁਣ ਟਰੈਕਟਰ ਸਾਰੇ ਖੜ੍ਹੇ ਆ ਇੱਥੇ ਅਤੇ ਚਲੋ ਹੁਣ ਆਪਾਂ ਵਲੋਗ ਐਂਡ ਕਰਦੇ ਹਾਂ ਪਹਿਲਾਂ ਤੁਹਾਨੂੰ ਬਾਕੀ ਵੀ ਦਿਖਾ ਦੇਵਾਂ ਟਰਾਲੀਆਂ ਜਿੱਥੇ ਇੱਥੇ ਖੜ੍ਹੀਆਂ ਆ ਅਤੇ ਚਲੋ ਲਾਈਟਾਂ ਬੰਦ ਕਰ ਦਈਏ ਪਹਿਲਾਂ ਆਹ ਲਓ ਬਾਬਾ ਜੀ ਖੜ੍ਹਾ ਹੋ ਗਿਆ ਟਰੈਕਟਰ ਵੀ ਸਾਰੇ ਖੜ੍ਹੇ ਹੋਣ ਡਏ ਆ ਵਾਰੀ ਵਾਰੀ ਸਰਕੇ ਹੋ ਗਈ ਬਾਹਰ ਕੱਢਤੇ ਸੀ ਉਹਦੇ ਕਰਕੇ ਅਤੇ ਅੰਦਰ ਕਰ ਦਈਏ ਅਤੇ ਚਲੋ ਹੁਣ ਉਹ ਬਾਕੀ ਦੇ ਉੱਧਰ ਖੜ੍ਹੇ ਆ ਇੱਧਰ ਦੇਖ ਲਓ ਹੁਣ ਥੋੜ੍ਹਾ ਕਿਉਂਕਿ ਲਾਈਟ ਹੈ ਨਹੀਂ ਇੱਥੇ ਅਤੇ ਲੋਅ ਲਾਈਟ ਵਾਲਾ ਇਹ ਕੈਮਰਾ ਨਹੀਂ ਹੈ ਉਹ ਖੜ੍ਹਾ 75 ਪਰੇ ਆ 60-55 ਅਤੇ ਜਾਂਢੀ ਰਖੜਾ ਅਤੇ ਬਾਕੀ ਦੀਆਂ ਹੁਣ ਟਰਾਲੀਆਂ ਜਿਹੜੀਆਂ ਖੜ੍ਹਨੀਆਂ ਉੱਥੇ ਹੀ ਖੜ੍ਹਿਆ ਕਰਨਾ ਜਿੱਥੇ ਟਰਾਲੀਆਂ ਦੀ ਪਲੇਸ ਆ ਇਹ 'ਚ ਸਿਰਫ ਸ਼ੈੱਡ 'ਚ ਅਸੀਂ ਖੜ੍ਹੀਆਂ ਕਰੀਦੀਆਂ ਜਦੋਂ ਭਰੀਆਂ ਹੁੰਦੀਆਂ ਆ ਦਾਣੇ ਦੂਣਿਆਂ ਨੇ ਇੱਦਾਂ ਤੁਹਾਨੂੰ ਦਿਖਾ ਰਿਹਾ ਮੈਂ ਇੱਦਾਂ ਫਲੈਸ਼ ਲਾਈਟ 'ਚ ਕਰਾ ਕੇ ਤਾਂ ਕਰਕੇ ਅਤੇ ਇੱਦਾਂ ਉਹ ਸਾਹਮਣੇ ਏਰੀਆ ਜਿਹੜਾ ਹੈਗਾ ਉਹ ਹੈਗਾ ਟਰਾਲੀਆਂ ਦਾ ਦੇਖੋ ਆਹ ਖੜੀਕੀ ਫੁੱਟੀ ਆਹ ਖੜੀਕੀ ਫੁੱਟੀ ਉਹ ਖੜੀ 14 ਫੁੱਟੀ ਉਹ ਖੜੀ 16 ਫੁੱਟੀ 18 ਫੁੱਟੀ ਉਹ ਉੱਧਰ ਖੜੀ ਆ ਅਤੇ ਇੱਦਾਂ ਹੀ ਫਿਰ ਉਹ ਵੀ ਇੱਥੇ ਹੀ ਲੱਗਿਆ ਕਰਨੀ ਆ ਠੀਕ ਆ ਸਿਰਫ 3-4 ਦੇਣੀ ਆ ਅਤੇ ਬਾਕੀ ਹੁਣ ਘਰ ਚੱਲੀਏ ਸਿੱਧਾ ਲੋਕ ਵੀ ਆਇਆ ਘਰ ਤੁਹਾਨੂੰ ਪਤਾ ਹੀ ਆ ਟਰੈਕਟਰ ਦੇ ਸ਼ਕਲ ਕਿੱਦਾਂ ਦੀ ਹੋ ਜਾਂਦੀ ਕਿੱਦਾਂ ਦੀ ਨਹੀਂ ਪੂਰਾ ਬੁਰਾ ਹਾਲ ਆ ਸ਼ਕਲ ਦਾ ਪਰ ਬਲੌਗ ਤੁਹਾਨੂੰ ਵਧੀਆ ਲੱਗਾ ਹੋਊਗਾ ਜਿੱਦਾਂ ਦਾ ਹੁਣ ਇਸ ਟਰਾਲੀ ਦਾ ਮਾਰਕਾ ਹੋ ਗਿਆ ਬਾਕੀ ਸਾਰੀਆਂ ਟਰਾਲੀਆਂ ਦਾ ਜਿੰਨੀਆਂ ਵੀ ਆਪਣੀ ਹੈਗੀਆਂ ਉਹਨਾਂ ਨੇ ਮਾਰਕਾ ਆਪਾਂ ਬਦਲ ਦੇਣਾ ਫਿਲਹਾਲ ਹੀ ਇਹ ਸੀਜ਼ਨ ਝੋਨੇ ਦਾ ਸੀਜ਼ਨ ਸਾਨੂੰ ਇਹੀ ਮਾਰਕਾ ਰੱਖਣਾ ਪੈਣਾ ਜਿਹੜਾ ਪਹਿਲਾਂ ਆ ਕਿਉਂਕਿ ਇੰਨੀ ਛੇਤੀ ਰੰਗ ਨਹੀਂ ਹੋ ਸਕਦਾ ਪ੍ਰੋਪਰ ਟਰਾਲੀਆਂ ਨੂੰ ਤਾਂ ਕਰਕੇ ਇਹ ਹੁਣ ਇਹ ਸੀਜ਼ਨ ਪੂਰਾ ਕੱਢਾਂਗੇ ਦੈਨ ਸਾਰੇ ਸੰਦਾਂ ਤੋਂ ਸਾਰੀਆਂ ਟਰਾਲੀਆਂ ਤੋਂ ਸਾਰੇ ਪਾਸੇ ਰੰਗ ਚੇਂਜ ਹੋ ਜਾਣਾ ਆ ਅਤੇ ਫਿਰ ਇੱਕੋ ਜਿਹਾ ਮਾਰਕਾ ਇੱਦਾਂ ਦੇ ਹੋ ਜਾਣਾ ਮੈਨੂੰ ਬਹੁਤ ਵਧੀਆ ਲੱਗਾ ਮਾਰਕਾ ਤੁਹਾਨੂੰ ਕਿੱਦਾਂ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵਲੌਗ ਕਿੱਦਾਂ ਲੱਗਾ ਥੋੜ੍ਹੀ ਬਹੁਤੀ ਕੁਆਲਿਟੀ ਡਿਸਟਰਬ ਹੋਈ ਹੋਊਗੀ ਕਿਉਂਕਿ ਹਨੇਰਾ ਸੀਗਾ ਕੋਪਰੋ ਸੀਗਾ ਲੋਅ ਲਾਈਟ ਕੈਮਰਾ ਨਹੀਂ ਸੀਗਾ ਮੇਰੇ ਕੋਲ ਉਦੋਂ ਅਤੇ ਸੋਰੀ ਹਾਂ ਉਹਦੇ ਲਈ ਅਤੇ ਬਸ ਹੁਣ ਮਿਲਦੇ ਹਾਂ ਅਗਲੇ ਵਲੌਗ ਲਈ ਇੰਨੀ ਮਿਹਨਤ ਲਈ ਸਬਸਕ੍ਰਾਈਬ ਕਰਕੇ ਜਾਓ ਮਿਲਦੇ ਹਾਂ ਬਾਬਾ ਬਾਬਾ ਬਾਬਾ